ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਨਵੀਆਂ ਪੰਜਾਬੀ ਫਿਲਮਾਂ ਦੀ ਆਮਦ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੁਣ ਇੱਕ ਨਵੀਂ ਪੰਜਾਬੀ ਫਿਲਮ ਕਿਰਪਾਨ ਜਲਦ ਹੀ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ, ਜਿਸ ਦਾ ਮਿਊਜ਼ਿਕ ਚੰਡੀਗੜ੍ਹ ਦੀ ਪ੍ਰੈਸ ਕਲੱਬ ਦੇ ਵਿੱਚ ਬੀਤੇ ਦਿਨ ਰਿਲੀਜ਼ ਕੀਤਾ ਗਿਆ ਅਤੇ 7 ਫਰਵਰੀ ਨੂੰ ਇਹ ਪੰਜਾਬੀ ਫਿਲਮ ਦਰਸ਼ਕਾਂ ਦੇ ਰੂਬਰੂ ਹੋਵੇਗੀ। ਇਸ ਮੌਕੇ ਗਾਇਕ ਅਤੇ ਅਦਾਕਾਰ ਰੋਸ਼ਨ ਪ੍ਰਿੰਸ ਨੇ ਪੱਤਰਕਾਰ ਵਾਰਤਾ ਨੂੰ ਸੰਬੋਧਿਤ ਕੀਤਾ ਅਤੇ ਫਿਲਮ ਦੇ ਨਾਲ ਜੁੜੇ ਵੱਖ ਵੱਖ ਪਹਿਲੂਆਂ 'ਤੇ ਚਾਨਣਾ ਪਾਇਆ। ਕਿਰਪਾਨ ਇੱਕ ਐਸਾ ਸਬਜੈਕਟ ਹੈ ਜਿਹੜਾ ਮੈਨੂੰ ਡਾਇਰੈਕਟਰ ਅਮਰੀਕ ਗਿੱਲ ਸਾਹਿਬ ਨੇ ਮੈਨੂੰ ਪੇਸ਼ ਕੀਤਾ ਦਿੱਤਾ ਔਰ ਮੈਂ ਉਹਦੇ 'ਤੇ ਆਪਣਾ ਜੋ ਵੀ ਕੋਸ਼ਿਸ਼ ਕੀਤੀ ਹੈ ਕਰਨ ਦੀ। ਔਰ ਮਿਊਜ਼ਿਕ ਬਾਰੇ ਜੇ ਮੈਂ ਕਹਾਂ ਤਾਂ ਇਹਦੇ ਵਿੱਚ ਬਹੁਤ ਹੀ ਜਿਵੇਂ ਭਾਵ ਭਰਪੂਰ ਜਿਹੜੇ ਗਾਣੇ ਨੇ, ਕੁਛ ਸਿੱਖੀਜ਼ਮ ਨਾਲ ਰਿਲੇਟਡ ਗਾਣੇ ਨੇ ਔਰ ਜਿਵੇਂ ਯੂਥ ਨਾਲ ਰਿਲੇਟਡ ਕੁਛ ਗਾਣੇ ਨੇ ਔਰ ਮਿਊਜ਼ਿਕ ਜਿਹੜਾ ਗੁਰਮੀਤ ਸਿੰਘ ਹੋਰਾਂ ਨੇ ਕੀਤਾ ਔਰ ਬਹੁਤ ਹੀ ਵਧੀਆ ਗਾਣੇ ਅਮਰਦੀਪ ਗਿੱਲ ਸਾਹਿਬ ਹੋਰਾਂ ਨੇ ਲਿਖੇ ਨੇ ਔਰ ਮੈਂ ਬਹੁਤ ਤਸੱਲੀ ਹੈ ਮੈਨੂੰ ਕਿ ਮੇਰੇ ਕੈਰੀਅਰ ਦੀ ਇੱਕ ਵਧੀਆ ਫਿਲਮ ਮੇਰੇ ਨਾਲ ਜੁੜੀ ਹੈ। ਜਲੰਧਰ ਦੇ ਬਾਅਦ ਜਿੱਥੇ